ਮੋਗਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸ ਕਾਰਵਾਈ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਨਸ਼ਾ ਤਸਕਰਾਂ ਦੀ ਨਸ਼ਾ ਵੇਚ ਕੇ ਬਣਾਈ ਗਈ ਪ੍ਰਾਪਰਟੀ ਪੁਲਿਸ ਵੱਲੋਂ ਸੀਜ਼ ਕਰ ਦਿੱਤੀ ਗਈ ਹੈ। ਮੋਗਾ ਜ਼ਿਲ੍ਹੇ ਦੇ ਕੁੱਲ 48 ਅਜਿਹੇ ਤਸਕਰ ਨੇ ਜਿਨ੍ਹਾਂ ਦੀ ਪ੍ਰਾਪਰਟੀ ਕਰੋੜਾਂ ਦੇ ਵਿੱਚ ਹੈ ਅਤੇ ਉਹ ਸਲਾਖਾਂ ਦੇ ਪਿੱਛੇ ਸਜ਼ਾ ਕੱਟ ਰਹੇ ਨੇ। ਮੋਗਾ ਜ਼ਿਲ੍ਹਾ ਦੀ ਇਸ ਪਹਿਲ ਦੇ ਨਾਲ ਕਿਤੇ ਨਾ ਕਿਤੇ ਨਸ਼ਾ ਤਸਕਰਾਂ ਦੇ ਉੱਪਰ ਨਕੇਲ ਕਸੀ ਜਾਏਗੀ। ਜਗਤ ਸਿੰਘ ਵੈਬ ਟੀਵੀ ਲਈ ਮੋਗਾ ਤੋਂ ਬਿੱਟੂ ਬੁਰਬਾ ਦੀ ਰਿਪੋਰਟ। ਇਹ ਦੋਲੇ ਵਾਲੇ ਪਿੰਡ ਦੇ ਵਿੱਚ ਜਿਹੜੇ ਸਮਗਲਰਸ ਦੇ ਵੱਲੋਂ ਸਮਗਲਿੰਗ ਦੇ ਪੈਸੇ ਦੇ ਰਾਹੀਂ ਜਿਹੜੀਆਂ ਖਰੀਦੀਆਂ ਗਈਆਂ ਜ਼ਮੀਨਾਂ ਅਤੇ ਜਾਇਦ ਅਤੇ ਹੋਰ ਕੋਠੀਆਂ ਵਗੈਰਾ ਜਾਂ ਹੋਰ ਜਾਇਦਾਦਾਂ ਦੇ ਕੁੱਲ 20 ਕੇਸ ਇਸ ਪਿੰਡ ਦੇ, ਜਿਹਦੇ ਵਿੱਚੋਂ ਅੱਜ ਅਸੀਂ 9 ਕੇਸ ਜਿਹੜੀ ਵਾਹੀਯੋਗ ਜ਼ਮੀਨ ਦੇ ਜਿਹੜੇ ਆਈਡੈਂਟੀਫਾਈ ਕੀਤੇ ਆ, ਜੋ ਕਰੀਬ 22 ਏਕੜ ਜ਼ਮੀਨ ਵਾਹੀਯੋਗ ਜਿਹੜੀ ਆ ਉਹ ਅੱਜ ਆਈਡੈਂਟੀਫਾਈ ਹੋਈ ਆ। ਬਾਕੀ ਮਕਾਨਾਂ ਦੇ ਬਾਰੇ 'ਚ, ਇਹਨਾਂ ਦੀਆਂ ਕੋਠੀਆਂ ਅਤੇ ਹੋਰ ਜਿਹੜੇ ਇਹਨਾਂ ਦੇ ਵਹੀਕਲਸ ਬਾਰੇ ਆ, ਉਹਨਾਂ ਦਾ ਵੀ ਨੇੜੇ ਭੁੱਖ ਵਿੱਚ ਕਰਾਂਗੇ। ਇਹ ਜ਼ਿਆਦਾ ਕੇਸ ਜਿਹੜੇ ਆ ਸਭ ਤੋਂ ਜ਼ਿਆਦਾ ਤਾਂ ਪਿੰਡ ਦੋਲੇ ਵਾਲਾ ਦੇ। ਮੈਂ ਤਾਂ ਸਿਰਫ ਇਹ ਦੋਲੇ ਵਾਲੇ ਦੀ ਜਿਹੜੀ ਦੱਸ ਸਕਦਾ 10 ਕਰੋੜ ਦੇ ਨੇੜੇ ਤੇੜੇ ਆ ਜਿਹਦੀ ਮੇਰੀ।